ਸਰ, ਬਿਜਲੀ ਦੇ ਕਰੰਟ ਤੋਂ ਪੰਜਾਬ 'ਚ ਹੋ ਰਹੀ ਮੌਤਾਂ ਨੂੰ ਲੈ ਕੇ ਹਾਈਕੋਰਟ 'ਚ ਪਟੀਸ਼ਨਾਂ ਪਾਈਆਂ ਗਈਆਂ ਸੀ, ਲੋਕੀ ਮੁਆਵਜ਼ਾ ਮੰਗ ਰਹੇ ਸੀ। ਪਿਛਲੀ ਸੁਣਵਾਈ 'ਚ ਹਾਈਕੋਰਟ ਨੇ ਆਦੇਸ਼ ਦਿੱਤੇ ਸੀ PSPCL ਨੂੰ ਕਿ ਤੁਸੀਂ ਪਾਲਿਸੀ ਬਣਾਓ, ਅਤੇ ਹੁਣ ਪਾਲਿਸੀ ਕੱਲ੍ਹ ਪੰਜਾਬ ਸਰਕਾਰ ਨੇ ਹਾਈਕੋਰਟ 'ਚ ਪੇਸ਼ ਕਰਤੀ ਹੈ। ਪਾਲਿਸੀ ਕੀ ਹੈ ਅਤੇ ਹੁਣ ਹਾਈਕੋਰਟ ਦੀ ਉਹਦੇ 'ਤੇ ਡਾਇਰੈਕਸ਼ਨਸ ਕੀ ਨੇ? ਕੱਲ੍ਹ ਕੀ ਹੀਅਰਿੰਗ ਮੇਂ ਜਬ ਪੰਜਾਬ ਸਰਕਾਰ ਨੇ ਪਾਲਿਸੀ ਦੀ ਹੈ, ਉਸ ਮੇਂ ਉਨ੍ਹਾਂ ਨੇ 3-4 ਕੈਟੇਗਰੀਜ਼ ਬਣਾਈ ਹੈ ਕਿ ਕਿਆ ਉਨਕੇ ਆਪਣੇ ਇੰਪਲੋਈਜ਼ ਹੈ ਜਿਹੜੇ, ਉਹਨਾਂ ਦੀ ਜੇ ਡੈਥ ਹੋ ਜਾਏਗੀ ਤਾਂ ਉਹਨਾਂ ਨੂੰ ਕਿੰਨਾ ਮੁਆਵਜ਼ਾ ਮਿਲੇਗਾ, ਅਪ ਟੂ 10 ਲੱਖ ਰੁਪੀਜ਼ ਹੈਗਾ ਉਹਦਾ ਪ੍ਰਾਵਿਧਾਨ, ਪਲੱਸ ਅਦਰ ਬੈਨੀਫਿਟਸ ਤਾਂ ਮਿਲਦੇ ਹੀ ਹੈ ਇਨ ਸਰਵਿਸ ਇੰਪਲੋਈਜ਼ ਨੂੰ। ਲੇਕਿਨ ਜਿਹੜੇ ਥਰਡ ਪਾਰਟੀ ਦੇ ਆਮ ਕੰਜ਼ਿਊਮਰ ਹੈ, ਜੇ ਉਹਨਾਂ ਦੀ ਡੈਥ ਹੋ ਜਾਂਦੀ ਹੈ ਇਨ ਕੇਸ ਆਫ ਇਲੈਕਟ੍ਰੀਸਿਟੀ ਕਰੰਟ, ਉਸਕੇ ਲਈ ਵੀ ਪੰਜਾਬ ਸਰਕਾਰ ਨੇ ਕਿਹਾ ਹੈ ਕਿ ਵੀ 1 ਲੱਖ ਸੇ ਲੈ ਕੇ 10 ਲੱਖ ਰੁਪਏ ਔਰ ਵਰਕਮੈਨ ਕੰਪਨਸੇਸ਼ਨ ਐਕਟ ਕੇ ਅੰਦਰ ਕੰਪਨਸੇਸ਼ਨ ਦੀ ਜਾਏਗੀ। ਔਰ ਜੋ ਇਨੀਸ਼ੀਅਲ ਕੰਪਨਸੇਸ਼ਨ ਹੈ ਉਹ ਟਾਈਮ ਬਾਊਂਡ ਪੀਰੀਅਡ 30 ਦਿਨਾਂ ਦੇ ਵਿੱਚ ਉਹ ਦਿੱਤੀ ਜਾਏਗੀ। ਲੇਕਿਨ ਫਾਰਮਲ ਆਰਡਰ ਜਿਹੜਾ ਕੋਰਟ ਦਾ ਹੈ ਉਹ ਵੀ ਆਉਣਾ ਹੈ, ਉਹ ਰਿਜ਼ਰਵਡ ਹੈ, ਉਹ ਵੀ ਆ ਜਾਏ। ਵੈਸੇ ਕੋਰਟ ਨੇ ਕੁਝ ਡਾਇਰੈਕਸ਼ਨਸ ਤਾਂ ਕੁਝ ਦਿੱਤੀਆਂ ਹੋਣੀਆਂ ਇਸ ਪੂਰੇ ਮਾਮਲੇ 'ਚ। ਕੋਰਟ ਨੇ ਜਿਹੜੇ ਕੇਸ, ਜਿਹੜੇ ਯਾਚਿਕਾ ਉਹ ਮੰਨਦੇ ਹੈ ਕਿ ਵੀ ਆਪਾਂ ਪਾਲਿਸੀ ਦੇ ਅੰਡਰ ਪੈਸੇ ਲੈ ਲੈਂਗੇ, ਉਹਨਾਂ ਨੂੰ ਕਿਹਾ ਕਿ ਉਹ ਆਪਣੇ ਪਾਲਿਸੀ ਦੇ ਅੰਡਰ ਅਪਲਾਈ ਕਰਕੇ ਕੰਪਨਸੇਸ਼ਨ ਲੈ ਲੈਣ। ਲੇਕਿਨ ਉਸਦੇ ਬਾਅਦ ਇਫ ਸੈਟਿਸਫਾਈਡ ਨਹੀਂ ਹੈ ਤਾਂ ਫਿਰ ਆਲਟਰਨੇਟ ਰੈਮੇਡੀ ਲੈ ਸਕਦੇ ਹੈ। ਲੇਕਿਨ ਅਭੀ ਫਾਰਮਲ ਆਰਡਰ ਵੀ ਇਸ਼ੂ ਹੋਣੇ ਅਤੇ ਅਗਲੀ ਸੁਣਵਾਈ ਦੀ ਵੀ ਤਰੀਕ ਤੈਅ ਹੋਈ, ਅਤੇ ਬਾਕੀ ਕੇਸਾਂ 'ਚ ਜਿਸ 'ਚ ਪਟੀਸ਼ਨਰਾਂ ਨੇ ਕੰਸੈਂਟ ਨਹੀਂ ਦਿੱਤੀ ਹੈ ਉਹ ਕੇਸਿਸ 16 ਅਪ੍ਰੈਲ ਲਈ ਰੱਖੇ।